ਯੂਕੇ ਤੋਂ ਸਿੱਧੂ ਦੀ ਹਵੇਲੀ ਪਹੁੰਚੀ ਇਹ ਕਟੜ ਫੈਨ ਚੱਲ ਫਿਰ ਨਹੀਂ ਸਕਦੀ ਤੇ ਥਾਰ ਨੂੰ ਦੇਖ ਤਾਂ ਹਾਂ ਮਾਰ ਮਾਰ ਲੱਗੀ ਬਜ਼ੁਰਗ ਔਰਤ ਰੋਣ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਜਿੱਥੇ ਇਹ ਔਰਤ ਯੂਕੇ ਤੋਂ ਆਈਆ ਸਪੈਸ਼ਲ ਵੀਜ਼ਾ ਲਗਵਾ ਕੇ ਤੇ ਅੱਜ ਇਹ ਜਦੋਂ ਹਵੇਲੀ ਪਹੁੰਚੀ ਥਾਰ ਨੂੰ ਤੇ ਸਟੈਚੂ ਨੂੰ ਦੇਖ ਕੇ ਤਾਂ ਹਾਂ ਮਾਰ ਮਾਰ ਰੋਣ ਲੱਗੀ ਹੰਝੂ ਜਿਹੜੇ ਨੇ ਗਵਾਹੀ ਭਰਦੇ ਨੇ ਤਾ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਇਸ ਫੈਨ ਦੇ ਲਈ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਸਿੱਧੂ ਮੂਸੇਵਾਲੇ ਦਾ ਰੁਤਬਾ ਕੀ ਹੈ ਕੀ ਕੋਈ ਸਿੱਧੂ ਮੂਸੇਵਾਲਾ ਖੱਟ ਕੇ ਗਿਆ ਤੇ ਕਮੈਂਟਾਂ ਦੇ ਵਿੱਚ #JusticeForSidhuMoosewala ਲਿਖਣਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਫੈਨ ਜੋ ਹਵੇਲੀ ਆਉਂਦੇ ਨੇ ਇਹਨਾਂ ਦਾ ਹੌਸਲਾ ਵੱਸ ਸਕੇ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਤੇ ਸਿੱਧੂ ਦੇ ਫੈਨ ਪਰੇ ਤੋਂ ਪਰੇ ਨੇ ਅੱਖਾਂ ਦੇ ਵਿੱਚੋਂ ਵਹਿਂਦੇ ਹੰਝੂ ਸਿਰਫ ਔਰ ਸਿਰਫ ਇੱਕੋ ਹੀ ਗੱਲ ਇਹਨਾਂ ਹੰਝੂਆਂ ਦੇ ਵਿੱਚੋਂ ਨਿਕਲਦੀ ਹੈ ਕਿ ਇਨਸਾਫ ਕਦੋਂ ਮਿਲੂਗਾ ਇਨਸਾਫ ਦੀ ਮੰਗ ਕਰਦੇ ਇਹ ਫੈਨ ਜਦੋਂ ਹਵੇਲੀ ਪਹੁੰਚਦੇ ਨੇ ਇਹ ਔਰਤ ਚੱਲ ਫਿਰ ਨਹੀਂ ਸਕਦੀ ਪਰ ਫਿਰ ਵੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਸਾਈਕਲ ਦੇ ਉੱਪਰ ਇਸ ਔਰਤ ਨੂੰ ਗੱਡੀ 'ਚ ਉਤਾਰ ਕੇ ਬਿਠਾਇਆ ਗਿਆ ਤੇ ਪੂਰੀ ਹਵੇਲੀ ਦੇਖ ਕੇ ਸਿੱਧੂ ਮੂਸੇਵਾਲੇ ਦੀ ਥਾਰ ਤੇ ਸਟੈਚੂ ਨੂੰ ਦੇਖ ਕੇ ਬਹੁਤ ਜ਼ਿਆਦਾ ਭਾਵਕ ਹੋ ਗਈ ਏ ਔਰਤ ਤੇ ਸਿੱਧੂ ਦੇ ਫੈਨ ਪਰੇ ਤੋਂ ਪਰੇ ਨੇ ਤੁਸੀਂ ਸੋਚਦੇ ਹੋਵੋਗੇ ਕਿ ਸਿੱਧੂ ਦੇ ਫੈਨ ਜਿਹੜੇ ਨੇ ਨੌਜਵਾਨ ਨੇ ਬੱਚੇ ਨੇ ਪਰ ਇਹ ਬਜ਼ੁਰਗ ਔਰਤ ਵੀ ਸਿੱਧੂ ਦੀ ਕਟੜ ਫੈਨ ਹੈ ਤਾਂ ਇਸ ਫੈਨ ਲਈ ਤੁਸੀਂ ਕੀ ਕਹੋਗੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇਹ ਪਿਆਰ ਸਿੱਧੂ ਮੂਸੇਵਾਲਾ ਜੋ ਖੱਟ ਕੇ ਗਿਆ ਟਰੈਕਟਰ ਥਾਰ ਨੂੰ ਦੇਖ ਕੇ ਮਾਤਾ ਦੇ ਹੰਝੂ ਨਿਕਲੇ ਤੇ ਉਹ ਸਟੈਚੂ ਨੂੰ ਦੇਖ ਕੇ ਤਾਂ ਮਾਤਾ ਗੱਲਾਂ ਕਰਨ ਲੱਗ ਪਈ ਕਿ ਪੁੱਤ ਹੁਣ ਵਾਪਸ ਆ ਜਾ ਤੂੰ ਆ ਕੇ ਫੇਰ ਤੋਂ ਥਾਪੀਆਂ ਮਾਰ ਫੇਰ ਤੋਂ ਗੀਤ ਗਾ ਦੇ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਅਣਖ ਜਗਾ ਸਿੱਧੂ ਮੂਸੇਵਾਲੇ ਨੂੰ ਕੌਣ ਨਹੀਂ ਜਾਣਦਾ ਤੇ ਸਿੱਧੂ ਦੇ ਰੁੱਤਵੇ ਦੀਆਂ ਗੱਲਾਂ ਬਿਲਬੋਰਡ ਤੇ ਛਾਂਦਾ ਉਹ ਝੋਟਾ ਅੱਜ ਫੇਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਹਰ ਦਿਨ ਨਵੇਂ ਤੋਂ ਨਵਾਂ ਫੈਨ ਸਿੱਧੂ ਦੀ ਹਵੇਲੀ ਆਉਂਦਾ ਹੈ ਇਸ ਫੈਨ ਦੇ ਲਈ ਤੁਸੀਂ ਕੀ ਕਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਮਾਤਾ ਜਦੋਂ ਥਾਰ ਨੂੰ ਦੇਖਦੀ ਹੈ ਤਾਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਮਨ ਭਰ ਆਉਂਦਾ ਤੇ ਇੱਕੋ ਹੀ ਗੱਲ ਕਹਿੰਦੀ ਹੈ ਕਿ ਮੇਰਾ شریف ਪੁੱਤ ਮਾਰਤਾ ਇਨ੍ਹਾਂ ਗੈਂਗਸਟਰਾਂ ਨੇ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਇਹ ਮੁੱਕ ਜਾਣਾ ਪਰ ਸਿੱਧੂ ਦਾ ਸਾਡਾ ਅਮਰ ਹੋ ਗਿਆ ਇਹ ਕਦੇ ਨਹੀਂ ਮੁੱਕਣਾ ਦੇਖ ਸਕਦੇ ਹੋ ਪੂਰਾ ਪਰਿਵਾਰ ਇਹ ਮਾਤਾ ਆਪਣੇ ਨਾਲ ਜਿੱਦ ਕਰਕੇ ਹਵੇਲੀ ਲੈ ਕੇ ਆਈ ਹੈ ਜਿਹੜੀਆਂ ਇਸ ਮਾਤਾ ਨੇ ਗੱਲਾਂ ਕੀਤੀਆਂ ਉਹ ਬਹੁਤ ਹੀ ਜ਼ਿਆਦਾ ਭਾਵਕ ਸੀ ਕਿਉਂਕਿ ਗੱਲ-ਗੱਲ ਤੇ ਸਿੱਧੂ ਨੂੰ ਯਾਦ ਕਰਨਾ ਤੇ ਇਨਸਾਫ ਦੀ ਲੜਾਈ ਦੇ ਵਿੱਚ ਪਰਿਵਾਰ ਦੇ ਨਾਲ ਖੜਨ ਦੀ ਗੱਲ ਜਿਹੜੀ ਹੈ ਇਸ ਔਰਤ ਨੇ ਕਹੀ ਤਾਂ ਗੱਲਾਂ ਬਹੁਤ ਜ਼ਿਆਦਾ ਭਾਵਕ ਨੇ ਸੁਣ ਕੇ ਹੈਰਾਨ ਵੀ ਹੋਵੋਗੇ ਤੇ ਇਸ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਇਹ ਮਾਤਾ ਜਦੋਂ ਸਟੈਚੂ ਨੂੰ ਦੇਖਦੀ ਹੈ ਤਾ ਇੱਕ ਪਲ ਇੱਜ ਲੱਗਦਾ ਕਿ ਸਿੱਧੂ ਬੋਲੇਗਾ ਤੇ ਇਸ ਮਾਤਾ ਨੇ ਆਵਾਜ਼ ਵੀ ਲਾਈ ਕਿ ਪੁੱਤ ਹੁਣ ਤਾਂ ਬੋਲ ਪੈ ਹਵੇਲੀ ਆਏ ਆ ਤੈਨੂੰ ਮਿਲਣ ਦੇ ਲਈ ਆਏ ਆ ਤੂੰ ਬੋਲ ਕੇ ਇੱਕ ਵਾਰ ਆਪਣੇ ਮੂੰਹ ਚੋਂ ਸ਼ਬਦ ਤਾਂ ਕੱਢ ਦੇ ਤਾਂ ਇਸ ਮਾਤਾ ਨੇ ਜੋ ਗੱਲਾਂ ਕੀਤੀਆਂ ਨੇ ਭਾਵਕ ਸ਼ਬਦਾਂ ਦੇ ਵਿੱਚ ਕੀ ਕੁਝ ਗਿਆ ਸਿੱਧੂ ਬਾਰੇ ਉਹ ਵੀ ਤੁਸੀਂ ਸੁਣ ਲਵੋ ਯੁਕਤ ਯੁਕਤ ਆਏ ਹੋ ਹਾਂਜੀ ਸਿੱਧੂ ਲੋਕੇ ਨੇ ਜਿੱਤੋਂ ਸੁਣਦੇ ਬਹੁਤ ਚਰਤ ਹੈ ਅੱਜ ਆਏ ਹੋ ਕੱਲ ਫਿਰ ਵੀ ਨਹੀਂ ਸਕਦੇ ਫਿਰ ਨਹੀਂ ਜੀ ਫਿਰ ਵੀ ਅਸੀਂ ਆਏ ਹਾਂ ਬਹੁਤ ਚੰਗੇ ਆ ਸੰਸਾਨ ਆਗੇ ਬਹੁਤ ਮਿਸ ਕਰਦੇ ਹਾਂ ਉਸਕੋ ਸਪੈਸ਼ਲ ਆਈ ਹਾਂ ਹਾਂਜੀ ਹਾਂਜੀ ਲਾਸਟ ਟਾਈਮ ਜਦੋਂ ਪਤਾ ਲੱਗਿਆ ਸੀ ਤਾਂ ਕਿਸ ਤਰ੍ਹਾਂ ਦਾ ਬਹੁਤ ਦਰਦ ਹੋਇਆ ਬਹੁਤ ਦਰਦ ਐਸਾ ਹੋਣਾ ਨਹੀਂ ਚਾਹੀਦਾ ਸੀ ਉਸਕੋ ਪਤਾ ਨਹੀਂ ਕਿ ਆ ਕਿਸਨੇ ਕੀ ਜਲਮ ਕੀਤਾ ਉਸਕੇ ਸਾਥ ਆ ਜਾਣਾ ਯੂਕੇ ਦੇ ਵਿੱਚ ਪੰਜਾਬੀ ਕਿਵੇਂ ਦਾ ਕਰਦੇ ਆ ਸਿੱਧੂ ਦਾ ਇਨਸਾਫ ਹਾਂ ਬਹੁਤ ਸਾਰੇ ਸਾਰੇ ਸਿੱਧੂ ਵੱਲ ਤੇ ਆ ਬਹੁਤ ਸਾਰੇ ਸੌ ਸਾਨ ਸਾਰੇ ਸ਼ਹਿਰਾਂ ਵਿੱਚ ਬ੍ਰਹਮੀਗਾਮ ਨਾਟੇਗਾ ਸਾਰੇ ਪਾਸੇ ਸੱਦੂ ਤੇ ਚੱਲਦੇ ਆ ਗੀਤ ਚੱਲਦੇ ਆ ਜੀ ਹਾਂਜੀ ਬਹੁਤ ਚੱਲਦੇ ਆ ਗੀਤ ਹਾਂਜੀ ਅੱਛਾ ਜੀ ਆਪਾਂ ਗੱਲ ਕਰੀਏ ਤਾਂ ਨੌਜਵਾਨ ਸੁਣਦੇ ਆ ਛੋਟੇ ਸੁਣਦੇ ਬੱਚੇ ਦੀ ਉਮਰ ਦੇਖੋ ਹਣਾ ਤੇ ਮਤਲਬ ਹਰ ਇੱਕ ਦਾ ਦਿਲ ਜਿੱਤਦੇ ਜੀ 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 ਕੀ ਚੰਗਾ ਕੀ ਲੱਗਦਾ ਈ ਤੁਹਾਨੂੰ ਬਹੁਤ ਚੰਗਾ ਲੱਗਦਾ ਸਾਰ ਬਹੁਤ ਚੰਗਾ ਹੁਣ ਤਾਂ ਬਹੁਤ ਮਿਸ ਕਰਦੇ ਆ ਕਰੀਏ ਕਿ ਉਹ ਤਾਂ ਪਾਪੀਆਂ ਨੇ ਮਾਰਤਾ ਵਿਚਾਰਿਆਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਕਿਉਂ ਕੀਤਾ ਇਦਾਂ ਇੱਕੋ ਇੱਕ ਪੁੱਤ ਸੀ ਵਿਚਾਰਿਆਂ ਦਾ ਚੱਲ ਫਿਰ ਨਹੀਂ ਸਕਦੇ ਫਿਰ ਹਾਂਜੀ 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 ਬਹੁਤ ਹਾਂਜੀ ਪਰ ਫਿਰ ਵੀ ਮੰਨ ਤੁਸੀਂ ਵੀ ਜਾਣਾਂਗਾ ਜੀ ਜੀ ਸਾਧੂ ਨੇ ਕੋਈ ਆਰਥਰਾਈਟਸ ਹੈ ਇੱਕ ਗਿਰਕਾ ਦਿਗੜ ਤੇ ਲੋਹੇ ਦਾ ਕਿਆ ਹੈ ਨਾਂ ਮੀਤ ਸਿੰਘ ਟਾਕ ਕਿਹੜੀ ਜਗ੍ਹਾ ਤੋਂ ਆਏ ਹੋ ਆ ਕੇ ਮੈਂ ਆਇਆ ਇੰਗਲੈਂਡ ਤੋਂ ਜੀ ਅੱਡੀ ਚੱਲ ਕੇ ਨਹੀਂ ਸਕਦੇ ਫਿਰ ਵੀ ਤੁਸੀਂ ਲੈ ਕੇ ਆਏ ਹਾਂ ਹਾਂ ਯਾਰ ਫਿਰ ਵੀ ਲੈ ਕੇ ਆਏ ਐਂ ਕਹਿੰਦੇ ਦਰਸ਼ਨ ਕਰਨਾ ਸੀ ਕੋਠੀ ਦੇਖਣੀ ਸਭ ਕੁਝ ਦੇ ਤਾਂ ਇੱਥੇ ਆਏ ਅਸੀਂ ਅੱਜ ਪੂਰੀ ਫੈਮਿਲੀ ਸੌਣ ਦੀ ਸੀ ਹਾਂ ਜੀ ਹਾਂ ਸਾਰੇ ਕਿਉਂ ਨਹੀਂ ਤੁਰ ਫਿਰ ਸਕਦੇ ਇਹਦਾ ਆਰਥਰਾਈਟਸ ਹੈ ਦੋਨਾਂ ਦੋਨਾਂ ਨੀਏ ਚ ਆਰਥਰਾਈਟਸ 11 ਸਾਲ ਹੋ ਗਏ ਨੇ ਇੱਕ ਪਿੱਛੇ ਗਿਰ ਕੇ ਤੇ ਲੋਹੇ ਦੀ ਸਰੀਆ ਪਿਆ ਤੇ ਸਾਈਡ ਤੇ ਰਾਈਟ ਹੈ ਸਾਈਡ ਤੇ ਫਿਰ ਵੀ ਅਸੀਂ ਇੱਥੇ ਰੈਸਟਿੰਗ ਕਰਕੇ ਆਏ ਕੋਈ ਕੀ ਨਹੀਂ ਵੀ ਨੇ ਓਕੇ ਹੋ ਕੇ ਜਾਵਾਂਗੇ ਬੜੇ ਓਖਾ ਸੋਖਦੇ ਮੁੱਖ ਦੇ ਬਹੁਤ ਹੋਇਆ ਠੀਕ ਹੈ ਮੈਮ ਇਹ ਮਨ ਖੁਸ਼ ਹੋ ਗਿਆ ਥਿਆ ਕਿ ਵੇਖ ਕੇ ਵੀ ਹਾਂ ਬਸ ਕਦੇ ਵੀ ਇੱਕ ਵਾਰ ਜਾਣਾ ਹੈ ਹਾਂ ਜੀ ਹਾਂ ਹਾਂ ਜ਼ਰੂਰੀ ਜਾਣਾ ਹੈ ਚਲੋ ਸਮੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਆਉਂਦੀ ਆ ਹਾਂ ਜੀ ਇਸ ਤਰ੍ਹਾਂ ਦੇ ਉੱਥੇ ਹਾਲਾਤ ਸੀ ਕਿਵੇਂ ਬਹੁਤ ਬਹੁਤ ਸੁਣ ਕੇ ਤੇ ਮੈਂ ਕਹਿੰਦਾ ਉਹਨੂੰ ਤੇ ਉਹ ਫੋਨ ਦਿਲਕਮ ਕੇਸਰੇ ਬਰ ਟ੍ਰੇਨ ਖੋ ਕੰਮ ਗਿਆ ਵੀ ਕਿਨੇ ਕੀ ਕਲ ਹੋ ਗਈ ਕਿਸੇ ਇਸ ਇਨਸਾਨ ਨੂੰ ਵਿਚਾਰੇ ਭੁੱਲੇ ਨਾਲ ਬਾਤ ਤੇ ਤੇਰੀ ਨਹੀਂ ਹੁੰਦਾ ਹੁਣ ਉਸ ਨੂੰ ਨਹੀਂ ਤੇ ਕੀ ਨਹੀਂ ਜੀ ਨਹੀਂ ਕਿਤੇ ਆ